ਅਸਲਾਮੁ ਅਲੈਕੁਮ ਦੋਸਤੋ, ਅੱਜ ਅਸੀਂ ਆਏ ਹੋਏ ਹਾਂ ਚੱਕ ਨੰਬਰ 258 ਫਰਾਲਾ ਦੇ ਅੰਦਰ। ਤੁਸੀਂ ਦੇਖ ਸਕਦੇ ਹਾਂ ਪਿੱਛੇ ਸਾਡੇ ਬੈਕਗਰਾਊਂਡ ਤੁਹਾਨੂੰ ਪਿੰਡ ਨਜ਼ਰ ਵੀ ਆ ਰਿਹਾ ਵਾ। ਇੱਥੇ ਇੱਕ ਬੰਦੇ ਦੇ ਨਾਲ ਇੱਕ ਵਾਕਿਆ ਪੇਸ਼ ਆਇਆ ਵਾ। ਬੰਦਾ ਆਪਣੀ ਮਜ਼ਦੂਰੀ 'ਤੇ ਗਿਆ ਹੋਇਆ ਸੀਗਾ, ਇੱਟਾਂ ਦੀ ਟਰਾਲੀ ਭਰ ਰਿਹਾ ਸੀਗਾ। ਜਿਸ ਤਰ੍ਹਾਂ ਤੁਸੀਂ ਅਕਸਰ ਦੇਖਦੇ ਭੱਠੇ 'ਤੇ ਲੋਕ ਇੱਟਾਂ ਦੀ ਟਰਾਲੀ ਭਰਦੇ ਆ, ਇੱਟਾਂ ਦੀ ਟਰਾਲੀ ਭਰ ਕੇ ਅਤੇ ਉਹਦੇ ਬੈਕ ਸਾਈਡ 'ਤੇ ਉਹ ਇੱਕ ਛੋਟਾ ਜਿਹਾ ਰੋੜਾ ਗਿਰਿਆ ਵਾ। ਕਹਿੰਦਾ ਜੀ ਉਹਨੂੰ ਚੱਕਣ ਲੱਗਾ ਵਾ ਅਤੇ ਟਰਾਲੀ ਪਿੱਛੇ ਨੂੰ ਉਲਟ ਗਈ ਆ। ਜਦੋਂ ਟਰਾਲੀ ਪਿੱਛੇ ਨੂੰ ਉਲਟੀ ਆ ਤਾਂ ਉਹ ਸਾਰੀ ਟਰਾਲੀ ਉਹਦੀ ਕਮਰ ਦੇ ਉੱਪਰ ਆ ਗਿਆ ਵਜ਼ਨ, ਅਤੇ ਜਿਹਦੇ ਨਾਲ ਉਹਦੀ ਕਮਰ ਦੀ, ਜਿਹਨੂੰ ਅਸੀਂ ਰੀੜ ਦੀ ਹੱਡੀ ਕਹੀਦਾ, ਰੀੜ ਦੀ ਹੱਡੀ ਟੁੱਟ ਗਈ। ਅਤੇ ਤੁਸੀਂ ਦੇਖ ਸਕਦੇ ਕਿ ਇਨਸਾਨ ਦੇ ਅੰਦਰ ਜਿਹੜੀ ਮੇਨ ਹੈ ਹੀ ਰੀੜ ਦੀ ਹੱਡੀ, ਜਿਹਦੀ ਬੇਸ ਦੇ ਉੱਪਰ ਇਨਸਾਨ ਤੁਰਿਆ ਫਿਰਦਾ ਵਾ, ਬੈਠਦਾ ਵਾ, ਉਹ ਸਾਰਾ ਕੰਮ ਹੀ ਰੀੜ ਦੀ ਹੱਡੀ ਦਾ ਵਾ। ਅਤੇ ਜਦੋਂ ਕਿਸੇ ਦੀ ਰੀੜ ਦੀ ਹੱਡੀ ਟੁੱਟ ਗਈ ਅਤੇ ਉਹਦੇ ਜ਼ਿੰਦਗੀ ਕਿੱਦਾਂ ਚੱਲ ਰਹੀ ਆ, ਕੀ ਹਾਲਾਤ ਆ, ਠੀਕ ਆ, ਇਹ ਸਾਰੀਆਂ ਗੱਲਾਂ ਚਲੋ ਅਸੀਂ ਉਹਦੇ ਕੋਲ ਚੱਲਦੇ ਹਾਂ, ਜਾ ਕੇ ਪੁੱਛਦੇ ਹਾਂ। ਅਸਲਾਮ ਵਾਲੇਕੁਮ ਦੋਸਤੋ, ਅਤੇ ਆਹ ਮੇਰੇ ਭਾਈ ਆ, ਅਤੇ ਇਹਨਾਂ ਦਾ ਯਾਨੀ ਕਿ ਜ਼ਿੰਦਗੀ ਜਿਨ੍ਹਾਂ ਦੇ ਨਾਲ ਇੱਕ ਵਾਕਿਆ ਪੇਸ਼ ਆਇਆ ਵਾ ਕਿ ਜਿਨ੍ਹਾਂ ਦੇ ਨਾਲ ਇਹ ਯਾਨੀ ਕਿ ਚਾਰਪਾਈ 'ਤੇ ਲੇਟ ਗਿਆ, ਅਤੇ ਉਹ ਕਿਸ ਤਰ੍ਹਾਂ ਇਹਨਾਂ ਦੇ ਨਾਲ ਵਾਕਿਆ ਪੇਸ਼ ਆਇਆ ਵਾ, ਕੀ ਹੋਇਆ ਸੀਗਾ, ਉਹ ਸਾਰੀ ਗੱਲ ਅਸੀਂ ਇਹਨਾਂ ਦੇ ਕੋਲੋਂ ਪੁੱਛਦੇ ਹਾਂ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ ਬਾਈ। ਸਭ ਤੋਂ ਪਹਿਲੇ ਤਾਂ ਤੁਸੀਂ ਆਪਣਾ ਨਾਂ ਦੱਸਿਓ। ਮੇਰਾ ਨਾਂ ਜੀ ਮੁਹੰਮਦ ਰਮਜ਼ਾਨ। ਠੀਕ ਹੋ ਗਿਆ। ਤਾਂ ਰਮਜ਼ਾਨ ਬਾਈ, ਤੁਹਾਡੇ ਨਾਲ ਕਿਸ ਤਰ੍ਹਾਂ ਵਾਕਿਆ ਪੇਸ਼ ਆਇਆ ਵਾ ਅਤੇ ਕੀ ਹੋਇਆ ਸੀਗਾ ਅਸਲ 'ਚ ਤੁਹਾਡੇ ਨਾਲ? ਇਹ ਜੀ ਅਸੀਂ ਮਜ਼ਦੂਰੀ ਕਰਦੇ ਸੀ ਭੱਠੇ 'ਤੇ। ਮਜ਼ਦੂਰੀ ਕਰਦਿਆਂ ਜੀ ਟਰੈਕਟਰ ਟਰਾਲੀ ਦੇ ਵਿੱਚ ਹੈਨੀ ਸੀ, ਟਰਾਲੀ ਪਿੱਛੇ ਨੂੰ ਹਲਾਰ ਹੋ ਗਈ ਅਤੇ ਮੈਂ ਥੱਲੇ ਮਤਲਬ ਰੋੜੇ ਚੁੱਕਣ ਡਿਆ ਸੀ, ਇੱਟਾਂ ਚੁੱਕਣ ਡਿਆ। ਉਹ ਟਰਾਲੀ ਮੇਰੇ ਮੋਹਰਾਂ 'ਤੇ ਬੈਠੀ ਪਿੱਛੇ, ਔਰ ਮੇਰੇ ਸੱਟ ਲੱਗ ਗਈ ਆ। 3 ਸਾਲ ਹੋ ਗਏ ਮੈਨੂੰ, ਚਾਰ ਪਾਈ 'ਤੇ ਪੈ ਗਈ, ਅਤੇ ਇਹ ਜਿਹੜਾ ਪੱਠਾ ਵੱਡਾ ਪੱਠਾ ਉਹ ਮਫਲੂਜ ਹੋ ਗਿਆ, ਉਹਦੀ ਵਜ੍ਹਾ ਨਾਲ ਮੇਰੇ ਤੋਂ ਉੱਠ ਨਹੀਂ। ਪਿਛਲੇ ਕਮਰ ਦਾ ਜਿਹੜਾ ਪੱਠਾ? ਹਾਂਜੀ। ਉਦੋਂ ਔਰ ਮੋਹਰੇ ਟੁੱਟ ਗਏ, ਉਹਦੇ ਨਾਲ ਕੁਛ ਫਿਸ ਗਏ। ਹਾਂਜੀ, ਡਾਕਟਰਾਂ ਨੇ ਕਿਹਾ ਵੀ ਅਸੀਂ ਮਤਲਬ, ਹਾਂਜੀ ਮਤਲਬ ਜੇ ਅਸੀਂ ਇਹਨੂੰ ਛੇੜਦੇ ਹਾਂ ਤਾਂ ਪੱਠੇ ਦਾ ਪਾਣੀ ਹੋਰ ਲੀਕ ਹੋ ਸਕਦਾ, ਜਿਹੜੀ ਕੋਈ ਮਾੜੀ ਮੋਟੀ ਹਰਕਤ ਹੈ ਉੱਥੋਂ। ਹਾਂਜੀ। ਅਤੇ ਹੁਣ ਯਾਨੀ ਕਿ ਤੁਸੀਂ ਵਾਸ਼ਰੂਮ ਵਗੈਰਾ ਜਿਹੜਾ ਵਾ ਉਹ ਤੁਹਾਡਾ ਚਾਰਪਾਈ 'ਤੇ? ਚਾਰਪਾਈ 'ਤੇ। ਅਤੇ ਤੁਹਾਡਾ ਜਿਹੜਾ ਰੋਜ਼ਗਾਰ ਆ ਹੁਣ ਯਾਨੀ ਕਿ ਉਹ ਕਿਸ ਤਰ੍ਹਾਂ ਚੱਲਣ ਡਿਆ ਵਾ? ਕੀ ਬਸ ਜੀ, ਅੱਲਾਹ ਦੀ ਜ਼ਾਤ ਸਬੱਬ ਲਾਈ ਜਾਂਦੀ ਹੈ, ਕੋਈ ਭੈਣ ਭਰਾ ਤੂੰ ਦੇਖਦੇ ਆ। ਹਾਂਜੀ, ਅੱਲਾਹ ਦੀ ਜ਼ਾਤ ਸਾਰੀ ਜ਼ਿੰਦਗੀ। ਅਤੇ ਅੱਛਾ ਦੋਸਤੋ, ਅਤੇ ਤੁਸੀਂ ਜਿਸ ਤਰ੍ਹਾਂ ਦੱਸਿਆ ਭਾਈ ਨੇ ਕਿ ਇਹਨਾਂ ਦੇ ਨਾਲ ਟਰਾਲੀ ਯਾਨੀ ਕਿ ਪਿੱਛੇ ਨੂੰ ਉਲਟ ਕੇ ਜਿਹਦੇ ਨਾਲ ਇਹਨਾਂ ਦੀ ਕਮਰ 'ਤੇ ਯਾਨੀ ਕਿ ਉਹਦਾ ਵਜ਼ਨ ਸਾਰਾ ਆ ਗਿਆ ਅਤੇ ਇਹਨਾਂ ਦੀ ਯਾਨੀ ਕਿ ਬੈਕ ਦਾ ਜਿਹੜਾ ਪੱਠਾ ਸੀਗਾ ਉਹ ਟੁੱਟ ਗਿਆ। ਅਤੇ ਚਾਰਪਾਈ 'ਤੇ ਆ, ਤੁਸੀਂ ਦੇਖ ਸਕਦੇ ਕਿ ਚਾਰਪਾਈ ਨੂੰ ਵੀ ਟਾਇਰ ਲੱਗੇ ਹੋਏ ਆ, ਕਿ ਯਾਨੀ ਕਿ ਇੱਧਰ ਉੱਧਰ ਵੀ ਜਾਣਾ ਹੋਵੇ ਤਾਂ ਚਾਰਪਾਈ ਨੂੰ ਯਾਨੀ ਕਿ ਰੇੜ ਕੇ ਲੈ ਕੇ ਜਾਂਦੇ ਆ। ਅਤੇ ਮੇਰੀ ਤੁਹਾਡੇ ਦੋਸਤਾਂ ਅੱਗੇ ਅਪੀਲ ਆ, ਜਿੰਨੇ ਮੇਰੇ ਭਾਈ ਦੇਖਣ ਡਏ ਆ, ਕਿ ਸਾਰਿਆਂ ਅੱਗੇ ਇਹੀ ਅਪੀਲ ਆ ਕਿ ਜਿੰਨਾ ਹੋ ਸਕਦਾ ਇਹਨਾਂ ਦੇ ਨਾਲ ਤਾਵਨ ਕਰੋ, ਠੀਕ ਆ, ਕਿਉਂਕਿ ਇਹਨਾਂ ਦਾ ਹੁਣ ਪ੍ਰੋਪਰ ਜਿਹੜਾ ਵਾ ਕੋਈ ਰੋਜ਼ਗਾਰ ਨਹੀਂ ਹੈਗਾ, ਠੀਕ ਆ, ਸਾਰੇ ਜਿਹੜਾ ਕੋਈ ਭੈਣ ਭਾਈ ਇਹਨਾਂ ਦੀ ਮਦਦ ਕਰ ਦਿੰਦਾ ਵਾ, ਠੀਕ ਆ। ਅਤੇ ਮੇਰੀ ਤੁਹਾਡੇ ਅੱਗੇ ਇਹੀ ਰਿਕੁਐਸਟ ਆ ਕਿ ਜਿੰਨੇ ਦੇਖਣ ਵਾਲੇ ਬਹੁਤਾ ਨਹੀਂ, ਜਿੰਨਾ ਹੋ ਸਕਦਾ ਵਾ ਯਾਨੀ ਕਿ ਸਾਰੇ ਇਹਨਾਂ ਨਾਲ ਤਾਵਨ ਕਰੋ ਬੜ ਚੜ੍ਹ ਕੇ, ਅਤੇ ਇਨਸ਼ਾਅੱਲਾ ਜਿੰਨਾ ਤੁਸੀਂ ਤਾਵਨ ਕਰੋਗੇ ਅੱਲਾਹ ਤਾਲਾ ਤੁਹਾਨੂੰ ਜ਼ਿਆਦਾ ਦੇਣਗੇ, ਘੱਟ ਨਹੀਂ ਦੇਣਗੇ, ਠੀਕ ਹੈ। ਤਾਵਨ ਕਰਨ ਦੇ ਨਾਲ ਤੁਹਾਡੇ ਕੋਲ ਰਿਸਕ 'ਚ ਬਰਕਤ ਆਊਗੀ, ਘੱਟ ਨਹੀਂ ਹੋਊਗੀ। ਅਤੇ ਜਿੰਨੇ ਮੇਰੇ ਭਾਈ ਦੇਖਣ ਦੇ ਸਾਰੇ ਅੱਗੇ ਰਿਕੁਐਸਟ ਆ ਕਿ ਵੀਡੀਓ ਨੂੰ ਸ਼ੇਅਰ ਕਰੋ, ਤਾਂ ਕਿ ਜੇ ਤੁਸੀਂ ਨਹੀਂ ਕਰ ਸਕਦੇ ਸ਼ਾਇਦ ਤੁਹਾਡੇ ਸ਼ੇਅਰ ਕਰਨ ਨਾਲ ਕੋਈ ਹੋਰ ਬੰਦਾ ਕਰ ਦੇਵੇ। ਅਤੇ ਜ਼ਿਆਦਾ ਤੋਂ ਜ਼ਿਆਦਾ ਇਹਨੂੰ ਸ਼ੇਅਰ ਕਰੋ ਤਾਂ ਕਿ ਇਹਨਾਂ ਭਾਈ ਦੀ ਕੋਈ ਨਾ ਕੋਈ ਤਾਵਨ ਹੋਵੇ, ਅਤੇ ਅਸੀਂ ਇਨਸ਼ਾਅੱਲਾ ਤਾਲਾ
ਇਹਨਾਂ ਨੂੰ ਬਹੁਤ ਜਲਦੀ ਕੋਈ ਨਾ ਕੋਈ ਐਸਾ ਰੁਜ਼ਗਾਰ ਮੁਹੱਈਆ ਕਰਾਂਗੇ ਜਿਹਦੇ ਨਾਲ ਇਹ ਖੁਦ ਕੁਛ ਨਾ ਕੁਛ ਯਾਨੀ ਕਿ ਇਹਨਾਂ ਨੂੰ ਪੈਸੇ ਆਉਣ, ਠੀਕ ਆ, ਕਿਸੇ ਦੇ ਮੁਹਤਾਜ ਨਾ ਹੋਣ, ਠੀਕ ਆ, ਆਪਣਾ ਯਾਨੀ ਕਿ ਇਹਨਾਂ ਦਾ ਕੋਈ ਐਸਾ ਰੁਜ਼ਗਾਰ ਇਹਨੂੰ ਪ੍ਰੋਵਾਈਡ ਕਰਾਂਗੇ ਜਿਹਦੇ ਨਾਲ ਕੁਛ ਨਾ ਕੁਛ ਖੁਦ ਕਮਾ ਸਕਣ। ਅਤੇ ਤੁਹਾਡੇ ਵਾਸਤੇ ਭਾਈ ਛੋਟਾ ਜਿਹਾ ਇੱਕ ਤੋਹਫਾ ਲੈ ਕੇ ਆਏ ਹਾਂ, ਅਤੇ ਅਭਿਤ ਭਾਈ ਲਿਆ, ਠੀਕ ਆ, ਇਹ 'ਚ ਥੋੜ੍ਹਾ ਜਿਹਾ ਰਾਸ਼ਨ, ਇਹ ਸਾਡੇ ਲਈ ਤੋਹਫਾ ਵਾ। ਇਨਸ਼ਾਅੱਲਾ ਬਾਕੀ ਮਜ਼ੀਦ ਜਿੰਨਾ ਯਾਨੀ ਕਿ ਸਾਡੇ ਕੋਲ ਹੋ ਸਕਿਆ, ਇਨਸ਼ਾਅੱਲਾ ਜਿੱਦਾਂ ਦੋਸਤ ਦਾਵਨ ਕਰਦੇ ਆ, ਅਸੀਂ ਤੁਹਾਨੂੰ ਇਨਸ਼ਾਅੱਲਾ ਮਜ਼ੀਦ ਜਿੰਨਾ ਹੋ ਸਕਿਆ ਤੁਹਾਡੇ ਨਾਲ ਇਨਸ਼ਾਅੱਲਾ ਨਾ ਤਾਵਨ ਕਰਾਂਗੇ ਅਸੀਂ, ਠੀਕ ਹੋ ਗਿਆ। ਅਤੇ ਹੋਰ ਕੋਈ ਸਾਡੇ ਲੈ ਖਿਦਮਤ ਹੋਵੇ ਬੇਸ਼ੱਕ ਜਿੱਦਾਂ ਦੀ ਵੀ ਤੁਸੀਂ ਉਹ ਸਾਨੂੰ ਦੱਸ ਸਕਦੇ ਆ ਕਿ ਯਾਨੀ ਕਿ ਕਿੱਦਾਂ ਦਾ ਕੋਈ ਰੁਜ਼ਗਾਰ ਹੈ ਤੁਹਾਡੇ ਜੇਬ 'ਚ ਯਾਨੀ ਕਿ ਜਿਹੜਾ ਤੁਹਾਨੂੰ ਚਲਾ ਕੇ ਅਸੀਂ ਦੇ ਸਕੀਏ ਕੋਈ। ਬਹਰਹਾਲ ਜੀ, ਹਜੇ ਤੱਕ ਤਾਂ ਮੈਂ ਤੁਹਾਡੇ ਨਾਲ ਗੱਲ ਕਰਦਾ, ਬੈਠਣ ਦੀ ਵੀ ਮਤਲਬ ਗੁੰਜਾਇਸ਼ ਹੈ। ਸਹੀ, ਹਾਂਜੀ, ਅਤੇ ਬੱਚੇ ਦਾ ਜੀ ਉਹ ਜੀ ਮਤਲਬ 6-7 ਸਾਲ ਦੀ ਬੱਚੀ ਹੈ ਜੀ, ਬਾਕੀ ਛੋਟੇ ਆ ਸਾਰੇ। ਅਗਰ ਬੰਦਾ ਕਹੇ ਨਾ ਬੱਚੇ ਹੀ ਕੁਛ ਕਰ ਲੈਣ, ਉਹ ਵੀ ਨਹੀਂ ਹਜੇ ਹੱਥ ਪਾ ਸਕਦੇ। ਸਹੀ ਹੋ ਗਿਆ, ਬੱਚੇ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਕਿ ਛੋਟੇ ਛੋਟੇ ਬੱਚੇ ਉਹਨਾਂ ਦੇ। ਅਤੇ ਬਾਕੀ ਇਹ ਹੈ ਕਿ ਚਲੋ ਇਨਸ਼ਾਅੱਲਾ ਅਸੀਂ ਕੁਛ ਸੋਚਦੇ ਹਾਂ, ਬਾਕੀ ਜੇ ਤੁਹਾਡੇ ਜ਼ਿਹਨ 'ਚ ਜਿੱਦਾਂ ਦੀ ਵੀ ਕੋਈ ਗੱਲ ਹੋਵੇ ਇਨਸ਼ਾਅੱਲਾ ਤੁਸੀਂ ਦੱਸਿਓ ਉਸ ਤਰ੍ਹਾਂ ਦਾ, ਯਾਨੀ ਕਿ ਤੁਹਾਨੂੰ, ਹਾਂਜੀ, ਲਾਜ਼ਮੀ ਸ਼ੇਅਰ ਕਰੋ, ਉਸੇ ਤਰ੍ਹਾਂ ਦਾ ਤੁਹਾਨੂੰ ਇਨਸ਼ਾਅੱਲਾ ਕੰਮ ਜਿਹੜਾ ਨਾ ਉਹ ਸ਼ੁਰੂ ਕਰਕੇ ਦੇਵਾਂਗੇ। ਅਤੇ ਬਾਕੀ ਜਿੰਨਾ ਵੀ ਹੋ ਸਕੇ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਦੇਖ ਕੇ ਯਾਨੀ ਕਿ ਤਾਵਨ ਕਰਨ। ਇਨਸ਼ਾਅੱਲਾ ਤਾਲਾ ਅੱਲਾਹ ਤਾਲਾ ਤੁਹਾਨੂੰ ਵੀ ਇਹਦਾ ਸਿਲਾ ਦੇਣ, ਅੱਲਾਹ ਤਾਲਾ ਸਾਰਿਆਂ ਨੂੰ ਖੁਸ਼ੀਆਂ ਨਸੀਬ ਫਰਮਾਏ। ਅੱਛਾ ਦੋਸਤੋ, ਮੈਂ ਨਾ ਇੱਥੇ ਯਾਰ ਇੱਕ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਛੋਟੀ ਜੀ। ਬਹੁਤ ਸਾਰੇ ਦੋਸਤਾਂ ਦੇ ਨਾ ਜ਼ਿਹਨ ਦੇ ਵਿੱਚ ਇੱਕ ਗੱਲ ਆ ਕਿ ਯਾਰ ਮੈਨੂੰ ਕਈਆਂ ਨੇ ਕਿਹਾ ਕਿ ਭਾਈ ਜੀ ਤੁਸੀਂ ਉਹਦਾ ਨੰਬਰ ਦਿਓ, ਅਸੀਂ ਉਹਨੂੰ ਖੁਦ ਫੋਨ ਕਰਦੇ ਹਾਂ, ਖੁਦ ਤਾਵਨ ਕਰਾਂਗੇ ਜਿੱਦਾਂ ਮੈਂ ਪਿਛਲੀ ਵੀਡੀਓ ਬਣਾਈ। ਲੇਕਿਨ ਪਤਾ ਕੀ ਚੀਜ਼ ਆ ਯਾਰ, ਅਸੀਂ ਫਾਊਂਡੇਸ਼ਨ ਸਟਾਰਟ ਕੀਤੀ ਆ, ਸਾਡਾ ਮਕਸਦ ਇਹ ਆ ਕਿ ਅਸੀਂ ਉਸ ਬੰਦੇ ਨੂੰ ਇੱਕ ਪ੍ਰੋਪਰ ਸੈਟਅਪ ਲਾ ਕੇ ਦੇਈਏ, ਠੀਕ ਆ। ਸੈਟਅਪ ਲਾ ਕੇ ਜੇ ਉਹਦਾ ਸੈਟਅਪ ਨਹੀਂ ਵੀ ਚੱਲਦਾ, ਅਸੀਂ ਉਹਨੂੰ ਮੰਥਲੀ ਇਨਸ਼ਾਅੱਲਾ ਕੁਛ ਨਾ ਕੁਛ ਉਹਨੂੰ ਤਾਵਨ ਕਰੀਏ, ਮਹੀਨੇ ਬਾਅਦ ਜਾ ਕੇ ਉਹਨੂੰ ਪਤਾ ਕਰੀਏ ਕਿ ਭਾਈ ਜੀ ਉਹ ਇਸ ਟਾਈਮ ਕੀ ਕਰ ਰਿਹਾ ਵਾ, ਉਹਦਾ ਸੈਟਅਪ ਚੱਲਿਆ ਵੀ ਆ ਜਾਂ ਉਹਦੀ ਕੋਈ ਇਨਕਮ ਸਟਾਰਟ ਵੀ ਹੋਈ ਆ, ਅਸੀਂ ਪ੍ਰੋਪਰ ਉਹ ਕੋਈ ਯਾਨੀ ਕਿ ਬਾਅਦ 'ਚ ਵੀ ਜਾ ਕੇ ਪਤਾ ਕਰੀਦਾ ਵਾ, ਠੀਕ ਆ। ਬਹੁਤ ਸਾਰੇ ਦੋਸਤ ਆ ਯਾਰ ਉਹ ਕਹਿੰਦੇ ਤੁਸੀਂ ਖੁਦ ਦਿਓ, ਅਸੀਂ ਬਾਹਰੋਂ ਬਾਹਰ ਤਾਵਨ ਕਰਨਾ ਚਾਹੁੰਦੇ। ਯਾਰ ਬਾਹਰੋਂ ਬਾਹਰ ਕਰੋ, ਅਸੀਂ ਰੋਕਦੇ ਨਹੀਂ ਕਿਸੇ ਨੂੰ, ਲੇਕਿਨ ਪਤਾ ਕੀ ਚੀਜ਼ ਆ, ਉਹਦੇ ਨਾਲ ਮਸਲਾ ਇਹ ਹੁੰਦਾ ਵਾ ਕਿ ਤੁਸੀਂ ਬਾਹਰੋਂ ਬਾਹਰ ਦਿੰਦੇ ਆ ਉਹ ਪੈਸੇ ਜਿਹੜੇ ਹੁੰਦੇ ਆ ਉਹ ਬੰਦਾ ਉਸੇ ਟਾਈਮ ਹੀ ਖਰਚ ਲੈਂਦਾ ਵਾ ਜਾਂ ਉਹਦੀ ਕੋਈ ਜ਼ਰੂਰਤ ਨਹੀਂ ਪੂਰੀ ਹੁੰਦੀ। ਅਸੀਂ ਇਨਸ਼ਾਅੱਲਾ ਤਾਲਾ ਯਾਰ ਤੁਸੀਂ ਕੋਈ ਵੀ ਬੰਦਾ ਆਪਣੇ ਦਿਲ 'ਚ ਗੱਲ ਨਾ ਰੱਖੇ ਕਿ ਪਤਾ ਨਹੀਂ ਯਾਰ ਅਸੀਂ ਇਹਨਾਂ ਨੂੰ ਪੈਸੇ ਦਾਂਗੇ ਕਿ ਪੈਸੇ ਖਰਚ ਲੈਣਗੇ ਜਾਂ ਜ਼ਾਇਆ ਹੋ ਜਾਣਗੇ ਪੈਸੇ, ਨਹੀਂ। ਇਨਸ਼ਾਅੱਲਾ ਤਾਲਾ ਇੱਕ ਪੈਸਾ ਜਿਹੜਾ ਵਾ ਉਹਨੂੰ ਕੀਮਤੀ ਬਣਾ ਕੇ ਇੱਕ ਅੱਛੀ ਜਗ੍ਹਾ 'ਤੇ ਜਾਂ ਅੱਛਾ ਕਾਰੋਬਾਰ ਉਹਨਾਂ ਨੂੰ ਸਟਾਰਟ ਕਰਨ 'ਤੇ ਲੱਗਿਆ ਜਾਊਗਾ, ਇੱਕ ਪੈਸਾ ਵੀ ਤੁਹਾਡਾ ਜ਼ਾਇਆ ਨਹੀਂ ਹੋਊਗਾ। ਬਾਕੀ ਰਹੀ ਗੱਲ ਜਿਹੜੀ ਪੈਸੇ ਦੀ ਹੈ ਨਾ, ਪੈਸਾ ਖਾ ਲੂਗਾ ਪਤਾ ਨਹੀਂ ਫਾਊਂਡੇਸ਼ਨ ਵਾਲੇ ਖਾ ਲੈਣਗੇ, ਯਾਰ ਸਾਡੇ ਵਾਸਤੇ ਇੱਕ ਇੱਕ ਪੈਸਾ ਜਿਹੜਾ ਨਾ ਉਹ ਬਹੁਤ ਕੀਮਤੀ ਆ। ਅਸੀਂ ਸਾਡੇ ਉੱਤੇ ਪੈਸਾ ਇੱਕ ਇੱਕ ਪੈਸਾ ਜਿਹੜਾ ਨਾ ਉਹ ਸਾਡੇ ਉੱਤੇ ਹਰਾਮ ਆ, ਠੀਕ ਆ। ਅਸੀਂ ਇਨਸ਼ਾਅੱਲਾ ਤਾਲਾ ਜਿਹੜਾ ਪੈਸਾ ਕੋਈ ਦਿੰਦਾ ਵਾ ਅਸੀਂ ਫਾਊਂਡੇਸ਼ਨ 'ਤੇ ਲਾਈਦਾ, ਬਾਕੀ ਜਿਹਨੂੰ ਸ਼ੱਕ ਵੀ ਹੋਵੇ ਬੇਸ਼ੱਕ ਉਹ ਅਸੀਂ ਨੰਬਰ ਸਾਡਾ ਉੱਤੇ ਹੁੰਦਾ ਵਾ ਸਕਰੀਨ 'ਤੇ ਨਜ਼ਰ ਆ ਰਿਹਾ, ਤੁਹਾਨੂੰ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਵੀ ਦਿੱਤਾ ਵਾ, ਤੁਸੀਂ ਸਾਨੂੰ ਫੋਨ ਕਰੋ ਆਪਣੇ ਪੈਸੇ ਦਾ ਬੇਸ਼ੱਕ ਇੱਕ ਇੱਕ ਦਾ ਹਿਸਾਬ ਲੈ ਲਓ। ਬਾਕੀ ਇਹ ਕਿ ਯਾਰ ਜਦੋਂ ਤੁਹਾਨੂੰ ਫੰਡਿੰਗ ਦਾ ਜਾਂ ਤਾਵਨ ਕਰਨ ਦਾ ਕਿਹਾ ਜਾਂਦਾ ਨਾ, ਮੇਰੀ ਸਾਰਿਆਂ ਅੱਗੇ ਰਿਕੁਐਸਟ ਹੈ ਭਰਾਵਾਂ ਅੱਗੇ ਕਿ ਯਾਰ ਦਿਲ ਖੋਲ੍ਹ ਕੇ ਤਾਵਨ ਕਰਿਆ ਕਰੋ, ਦਿਲ ਛੋਟਾ ਨਾ ਕਰੋ। ਇਨਸ਼ਾਅੱਲਾ ਥੋੜ੍ਹਾ ਥੋੜ੍ਹਾ ਕਰੋ, ਦੇਖੋ ਇਨਸ਼ਾਅੱਲਾ ਅੱਲਾਹ ਤਾਲਾ ਨੇ ਤੁਹਾਨੂੰ ਉਹਦੇ ਨਾਲ ਕਿੰਨਾ ਜ਼ਿਆਦਾ ਦੇਣਾ ਵਾ, ਇਨਸ਼ਾਅੱਲਾ ਤਾਲਾ ਅੱਲਾਹ ਤਾਲਾ ਤੁਹਾਨੂੰ ਉਹਦਾ ਬਹੁਤ ਜ਼ਿਆਦਾ ਸਿਲਾ ਦੇਣਗੇ, ਠੀਕ ਆ। ਦਿਲ ਛੋਟਾ ਨਹੀਂ ਕਰਨਾ, ਖੁੱਲ੍ਹ ਕੇ ਤਾਵਨ ਕਰਨਾ ਲੋਕਾਂ ਦੇ ਨਾਲ, ਕਿਉਂਕਿ ਇਹਦੇ ਨਾਲ ਜਿੰਨੀ ਗੁਰਬਤ ਆ, ਕਿਉਂਕਿ ਗਰੀਬ ਬੰਦਾ ਜਦੋਂ ਨਾ ਤਾਵਨ ਹੁੰਦਾ ਨਾ ਉਹਦੇ ਦਿਲ 'ਚੋਂ ਇੱਕ ਦੁਆ ਨਿਕਲਦੀ ਆ, ਉਹ ਜਿਹੜੀ ਦੁਆ ਹੁੰਦੀ ਨਾ ਉਹ ਯਾਰ ਅੱਲਾਹ ਦੀ ਕਸਮ ਉਹ ਦੁਆ ਬਹੁਤ ਜ਼ਿਆਦਾ ਕੀਮਤੀ ਹੁੰਦੀ ਆ, ਉਹ ਦੁਆ ਕਬੂਲ ਹੀ ਕਬੂਲ ਆ। ਅਤੇ ਇਸ ਕਰਕੇ ਮੇਰੇ ਸਾਰੇ ਭਰਾਵਾਂ ਅੱਗੇ ਰਿਕੁਐਸਟ ਆ, ਠੀਕ ਹੈ, ਦਿਲ ਖੋਲ੍ਹ ਕੇ ਤਾਵਨ ਕਰੋ ਤਾਂ ਕਿ ਅਸੀਂ ਜਿੰਨੇ ਵੀ ਗਰੀਬ ਆ, ਇਹਨਾਂ ਤੋਂ ਇਲਾਵਾ ਵੀ ਜਿੰਨੇ ਵੀ ਗਰੀਬ ਤਬਕਾ ਵਾ ਸਾਰਿਆਂ ਦੇ ਕੋਲ ਜਾਈਏ, ਜਾ ਕੇ ਉਹਨਾਂ ਦੀ ਮਦਦ ਕਰੀਏ, ਕਿਉਂਕਿ ਅਸੀਂ ਇਸ ਫਾਊਂਡੇਸ਼ਨ ਨੂੰ ਸਟਾਰਟ ਕੀਤਾ ਵਾ, ਸਾਡਾ
ਇਹ ਮਿਸ਼ਨ ਹੀ ਇਹ ਆ ਕਿ ਯਾਨੀ ਕਿ ਗੁਰਬਤ ਨੂੰ ਖਤਮ ਕਰੀਏ, ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰੀਏ ਤਾਂ ਕਿ ਉਹ ਮੰਥਲੀ ਖੁਦ ਨਾ ਕੁਛ ਖੁਦ ਕੁਛ ਨਾ ਕੁਛ ਕਮਾ ਕੇ ਖਾਣ। ਅਤੇ ਬਾਕੀ ਅੱਲਾਹ ਤਾਲਾ ਸਾਰਿਆਂ ਨੂੰ ਖੁਸ਼ੀਆਂ ਨਸੀਬ ਫਰਮਾਏ। ਆਪਣੀਆਂ ਦੁਆਵਾਂ 'ਚ ਵੀ ਦੁਆ ਕਰਿਆ ਕਰੋ, ਅੱਲਾਹ ਤਾਲਾ ਜਿੰਨੇ ਗਰੀਬ ਆ ਉਹਨਾਂ ਸਾਰਿਆਂ ਨੂੰ ਅੱਲਾਹ ਤਾਲਾ ਖੁਸ਼ੀਆਂ ਨਸੀਬ ਫਰਮਾਉਣ। ਬਾਕੀ ਅੱਲਾਹ ਤਾਲਾ ਤੁਹਾਨੂੰ ਵੀ ਸਾਰਿਆਂ ਨੂੰ ਖੁਸ਼ ਰੱਖੇ। ਆਮੀਨ।